ਸਕਦਾ ਸਾਡੇ ਯੂਟਿਊਬ ਚੈਨਲ 'ਤੇ। ਅਤੇ ਜਿਵੇਂ ਕਿ ਤੁਸੀਂ ਪੁਰਾਣੀ ਵੀਡੀਓ ਦੇਖ ਹੀ ਲਈ, ਗੱਡੀ ਆਪਣੀ ਘਰ ਆ ਚੁੱਕੀ ਹੈ ਅਤੇ ਹੁਣ ਵੀ ਗੱਡੀ 'ਚੋਂ ਸਟਾਰਟਿੰਗ ਕਰ ਰਹੇ ਹਾਂ ਵਲੋਗ ਦੀ, ਕਿਉਂਕਿ ਹੁਣ ਇਹਦਾ ਥੋੜ੍ਹੀ ਮੋਟੀ ਮੋਡੀਫਿਕੇਸ਼ਨ ਕਰਾਉਣੀ ਹੈ, ਜਿਹੜੇ ਜਿੱਦਾਂ ਕਿ ਟਾਇਰ ਵਗੈਰਾ ਮਤਲਬ ਲੋਏ ਵਗੈਰਾ, ਅਤੇ ਟਾਇਰ ਵੀ ਚੇਂਜ ਕਰਾਉਣੇ ਆ, ਹੋਪਸੋ, ਅਤੇ ਲਾਈਟਾਂ ਵਗੈਰਾ ਜਿਹੜੀਆਂ ਲਵਾਉਣੀਆਂ ਉਹ ਹੁਣ ਲਵਾ ਕੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਭ ਕੁਝ ਦਿਖੂਗਾ ਕਿ ਕੀ ਮੋਡੀਫਾਈ ਕਰਨਾ ਅਤੇ ਕਿੰਨਾ ਕੁ ਖਰਚਾ ਆ ਜਾਂਦਾ ਹੈ। ਅਤੇ ਬਸ ਹੁਣ ਮੈਂ ਅਤੇ ਲਾਡੀ ਵੀਰ ਜਾ ਰਹੇ ਹਾਂ, ਉੱਥੇ ਬਾਅਦ ਉੱਥੇ ਪਹੁੰਚ ਕੇ ਮਤਲਬ ਗੁਰੀ ਨੂੰ ਚੱਕਣਾ ਰਸਤੇ 'ਚੋਂ। ਪ੍ਰਿੰਸ ਨੂੰ ਅੱਜ ਕੰਮ ਦਾ, ਪ੍ਰਿੰਸ ਨਾਲ ਨਹੀਂ ਆ ਰਿਹਾ, ਅਤੇ ਬਸ ਅਸੀਂ ਤਿੰਨੇ ਹੋਊਂਗੇ, ਚੌਥਾ ਤਰਨ ਹੋ ਜੂਗਾ ਨਾਲ, ਅਤੇ ਬਾਕੀ 28 'ਚ ਵੀ ਜਾ ਸਕਦੇ ਹਾਂ, 72 ਵਾਲਿਆਂ ਕੋਲ ਵੀ ਜਾ ਸਕਦੇ ਹਾਂ, ਬਾਕੀ ਦੇਖਦੇ ਹਾਂ ਹੁਣ ਕਿੱਥੇ ਤੋਂ ਕਰਾਉਂਗੇ ਕੰਮ। ਕਿਉਂਕਿ ਏਜੰਸੀ 'ਚ ਤਾਂ ਮੈਂ ਕੱਲ੍ਹ ਵੀ ਜਿੱਦਾਂ ਕਿਹਾ ਕਿ ਲਵਾਏ ਵਗੈਰਾ ਤਾਂ ਉੱਥੇ ਬਹੁਤ ਮਹਿੰਗੇ ਪੈ ਜਾਣੇ, ਕਿਉਂਕਿ 65,000 ਰੁਪਏ ਦੇ ਇਕੱਲੇ ਲਵਾਏ ਲਵਾਏ ਮੰਗਦੇ ਤੇ ਉਹ, ਅਤੇ ਇੰਨੇ ਪੈਸੇ ਲਾਉਣੇ ਬੇਮਤਲਬ ਵੀ ਏਜੰਸੀ ਦੇ ਲਵਾ ਜਾਂਦੇ। ਅਤੇ ਬਸ ਹੁਣ ਬਾਹਰ ਜਾ ਕੇ ਉੱਥੇ ਪਹੁੰਚ ਕੇ ਦੇਖਦੇ ਹਾਂ ਕਿਆ ਬਣਦਾ, ਅਤੇ ਬਣੇ ਰਹੋ ਤੁਸੀਂ ਵੀਡੀਓ ਦੇ ਵਿੱਚ, ਅਤੇ ਲਾਈਕ ਕਮੈਂਟ ਵਾਲਾ ਥੋੜ੍ਹਾ ਜਿਹਾ ਦੱਬ ਦਿਉ, ਅਤੇ 15,000 ਆਪਣੇ ਸਬਸਕ੍ਰਾਈਬਰ ਹੋ ਗਏ, 15,400 ਕੁਛ, ਅਤੇ ਬਸ ਹੁਣ ਜਲਦੀ ਜਲਦੀ 20,000 ਕਰ ਦਿਉ, ਅਤੇ ਫਿਰ ਅਗਲਾ ਟਾਰਗੇਟ ਆਪਾਂ 50,000 ਦਾ ਰੱਖੂਗੇ। ਪਹੁੰਚ ਗਏ ਏਜੰਸੀ 'ਚ, ਕਿਉਂਕਿ ਸਾਨੂੰ ਫੋਨ ਆਲਰੇਡੀ ਆ ਗਿਆ ਤਾਂ ਕਿ ਆਪਣੀ ਗੱਡੀ ਦਾ ਨੰਬਰ ਰੇਡੀ ਹੋ ਗਿਆ, ਅਤੇ ਹੁਣੇ ਬਸ 2 ਮਿੰਟ 'ਚ ਆਪਣੀ ਨੰਬਰ ਪਲੇਟ ਵੀ ਲੱਗ ਜੂਗੀ, 10 ਮਿੰਟ ਗਿਆ ਇਹਨਾਂ ਨੇ, ਅਤੇ ਬਾਕੀ ਫਿਰ ਅੱਗੇ ਲਵਾਏ ਕਿੱਧਰ ਨੂੰ ਜਾਂਦੇ ਹਾਂ, ਪਹਿਲਾਂ ਇੱਧਰ ਏਜੰਸੀ 'ਚ ਆਏ ਅਤੇ ਹੁਣ ਨੰਬਰ ਪਲੇਟ ਲਵਾਉਂਦੇ ਹਾਂ, ਅਤੇ ਨੰਬਰ ਵੀਲ ਕਰਦੇ ਹਾਂ ਕਿ ਕਿਹੜਾ ਨੰਬਰ ਆਪਾਂ ਲਿਆ ਹੈ। ਨਾਲ ਹੈ ਗੁਰੀ ਭਾਅ ਜੀ, ਉਹ ਗੱਡੀ ਦੇ ਨੰਬਰ ਤਾਂ ਆਪਾਂ ਲਵਾ ਲਿਆ ਹੈ, ਬਸ ਨੰਬਰ ਥੋੜ੍ਹੇ ਟਾਈਮ ਤੱਕ ਦਿਖਾਉਂਦੇ ਹਾਂ ਕਿਉਂਕਿ ਗਰਮੀ ਬਹੁਤ 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 ਜ਼ਿਆਦਾ ਹੈ। ਅਤੇ ਹੁਣ ਆਪਾਂ ਜਾ ਰਹੇ ਹਾਂ ਕਿੱਧਰ ਜਾ ਰਹੇ ਬਾਈ ਆਪਾਂ? 28 'ਚ ਕਿਆ ਕਰਨਾ? ਅਸੈਸਰੀਜ਼ ਲਵਾਉਣ, ਜਿਹੜੀ ਜਿਹੜੀ ਆਪਾਂ ਲਾਉਣੀ ਹੈ, ਜਿੱਦਾਂ ਮੈਟ ਹੋ ਗਏ, ਮੇਨ ਤਾਂ ਮੈਟ, ਸੀਟ ਕਵਰ, ਅਤੇ ਲਵਾਏ ਲਵਾਇਆ ਤਾਂ ਅੱਜ ਕਨਫਰਮ ਨਹੀਂ ਹੈ, ਪਤਾ ਨਹੀਂ ਹਲੇ ਦੇਖਣੇ ਆ ਕਿਵੇਂ ਦੇ ਲਵਾਉਣੇ, ਕੋਈ ਸਲਾਹ ਨਹੀਂ ਹੈ। ਅਤੇ ਅੰਦਰੋਂ ਰਾਣੀ ਬੜੀ ਸੋਹਣੀ ਲੱਗ ਰਹੀ ਹੈ, ਜਿੰਨੀ ਕੁ ਸਾਨੂੰ ਨੌਲੇਜ ਹੈ ਕਿ 28 'ਚ ਸਮਾਨ ਸਸਤਾ ਮਿਲਦਾ ਏਜੰਸੀ ਦੇ ਨਾਲੋਂ, ਕਿਉਂਕਿ ਏਜੰਸੀਆਂ 'ਚ GST ਪੈ ਜਾਂਦਾ ਹੈ, ਅਤੇ ਇੱਥੇ ਕੋਈ GST ਨਹੀਂ ਹੈ, ਸਿੱਧਾ ਆਪਾਂ ਕੈਸ਼ 'ਚ ਪੇਮੈਂਟ ਕਰਨੀ ਹੈ। ਅਤੇ ਆਪਾਂ ਆਏ ਕਿਹੜੇ ਦਾ ਨੂੰ ਹੈ? ਖੈੜ ਦੇ ਚੰਡੀਗੜ੍ਹ ਸਿੱਧਾ, ਹੈ ਨਾ, ਜਿਹੜਾ ਯੂਨੀਵਰਸਿਟੀ ਜਾਂਦਾ ਰਹਾ। ਹਾਂ, ਅਤੇ ਬਾਕੀ ਨੰਬਰ ਵੀ ਦਿਖਾਉਂਦੇ ਤਾਂ 2 ਮਿੰਟ ਤੱਕ। ਲਓ ਜੀ, ਫਾਈਨਲੀ ਆਪਾਂ ਪਹੁੰਚ ਗਏ। ਦੁਕਾਨ ਕਿਹੜੀ ਹੈ? ਓਮ ਮੋਟਰਸ ਜਾਣਾ ਆਪਾਂ, ਵੀਰੋ ਦੇਖ ਲਓ ਸਾਰੀਆਂ ਗੱਡੀਆਂ ਤਿਆਰ ਹੁੰਦੀਆਂ। ਅੰਦਰ ਜਾਣਾ ਆਪਾਂ? ਇੱਧਰਲੀ ਸਾਈਡ ਜਾਣਾ ਯਾਰ, ਸੱਜੇ ਸਾਈਡ। ਹੋ ਗਿਆ ਜੀ ਆਪਣਾ ਚੇਂਜ, ਅਤੇ ਹੁਣ ਆਪਾਂ ਜਿਹੜੇ ਕੰਮ ਕਰਾਉਂਗੇ ਅੰਪਾਇਰ ਕਾਰ ਵਾਲਿਆਂ ਤੋਂ ਕਰਾਉਂਗੇ, ਬਾਕੀ ਦੇਖਦੇ ਹਾਂ ਜੇ ਇਹਨਾਂ ਦਾ ਰੇਟ ਬਾਈ ਨੂੰ ਗੁਰੀ ਨੂੰ ਪਸੰਦ ਆ ਗਿਆ। ਪੈਸੇ ਵਾਲੀ ਪਾਰਟੀ ਦੇ ਕੇ ਹੈ
ਕਵਰਾਂ ਦਾ ਫਾਈਨਲ ਕਰ ਰਹੇ ਹਾਂ, ਜਿਹੜਾ ਰੰਗ ਉਹ ਵਿੱਚ ਹੈ ਨਾ ਆਪਾਂ ਉਹੀ ਰੰਗ ਦਾ ਸੋਚ ਰਹੇ ਹਾਂ, ਉਹੀ ਰੰਗ ਠੀਕ ਹੈ ਨਾ, ਆਹ ਸਹੀ ਰਹੂਗਾ। ਆਹ ਹਰ ਬਲੈਕ ਦਾ ਕੰਬੀਨੇਸ਼ਨ ਕਰਾਈਏ, ਜਿਸ ਤਰ੍ਹਾਂ ਉਰਿਆ ਯਾਰ ਸਾਰਾ ਮੈਂ ਇੱਕ ਤਰ੍ਹਾਂ ਦਾ ਹੋਜੂਗਾ ਫਿਰ ਕੰਮ, ਬਲੈਕ ਸੋਹਣਾ ਲੱਗੂਗਾ। ਹਾਂ ਭਾਈ ਪਾਏ ਆਪਾਂ, ਪਰ ਦਿਖਾ ਉੱਧਰ ਰਿਹਾ ਏ, ਇਹਨਾਂ ਦਾ ਆਪਣਾ ਹੀ ਕੰਮ ਹੋਊਗਾ ਸ਼ਾਇਦ। ਉਸਨੂੰ ਬਹੁਤ ਵੱਡੀ ਹੋ ਗਈ ਕਲਰ ਨੂੰ ਲੈ ਕੇ, ਉਹਨੇ ਚੈੱਕ ਕਰਦੇ ਹਾਂ ਕਿਆ ਗਾ ਬਣਦਾ। ਸੇਮ ਰੰਗ ਹੈ ਉੱਪਰੇ ਵੀ ਤਾਂ ਲਗੂੰਗੇ, ਇਹਨਾਂ ਦਾ ਰੇਟ ਆਪਾਂ ਸਾਰਾ ਕੁਛ ਪਤਾ ਕਰ ਲਿਆ। ਅਤੇ ਹੁਣ ਅੱਗੇ ਇੱਕ ਦੁਕਾਨ ਹੋਰ ਹੈ ਜਿੱਥੇ 'ਤੇ ਮੈਂ ਪਹਿਲਾਂ ਪੁਆਏ ਕਰਦਾ, ਓਮ ਵਾਲੇ, ਉਹਨਾਂ ਦਾ ਵੀ ਰੇਟ ਪਤਾ ਕਰ ਲੈਂਦੇ, ਫਿਰ ਜਿਹੜਾ ਵੀ ਸਹੀ ਲੱਗੂਗਾ ਆਪਾਂ ਨੂੰ। ਕੁਆਲਿਟੀ ਤਾਂ ਤੁਹਾਨੂੰ ਪਤਾ ਹੀ ਹੈ, ਸਾਰਿਆਂ ਦੀ ਸੇਮ ਹੀ ਹੁੰਦੀ ਹੈ, ਉਰੇ ਇੱਕੇ ਥਾਂ ਦਾ ਕੱਪੜਾ ਬੜਾ ਬਣਦਾ ਇਹਨਾਂ ਨੇ, ਹੋਰ ਤਾਂ ਗਿਆ ਹੈ ਨਾ ਬਾਈ। ਅਤੇ ਬਸ ਹੁਣ ਉਹਨਾਂ ਕੋਲ ਜਾ ਕੇ ਰੇਟ ਵੇਟ ਪਤਾ ਕਰਦੇ ਹਾਂ, ਅਤੇ ਫਿਰ ਤੁਹਾਨੂੰ ਦੱਸਦਾ ਕਿੰਨੇ ਦੇ ਕਿਆ ਕਰਿਆ ਇਹਨਾਂ ਨੇ, ਕਿਵੇਂ ਪਾਇਆ। ਇਹਨਾਂ ਤੋਂ ਪਤਾ ਕਰਨਾ ਹੈ ਆਪਾਂ ਓਮਕਾਰ ਅਸੈਸਰੀ ਵਾਲਿਆਂ ਤੋਂ। ਇਹ ਤਾਂ ਪ੍ਰੋਪਰ ਹੋ ਗਿਆ ਨਾ, ਨੰਬਰ ਆਪਾਂ ਕਰਤਾ ਰਵੀਲ 8153 ਹੈ, ਆਪਣੀ ਪੁਰਾਣੀ ਗੱਡੀ ਦੇ ਵੀ ਨੰਬਰ 8153 ਹੀ ਹੈ, ਸੋ ਸਾਰਿਆਂ ਨੂੰ ਪਤਾ ਹੀ ਹੈ ਉਸਦਾ। ਅਤੇ ਬਾਕੀ ਹੁਣ ਆਪਾਂ ਨੂੰ ਮੈਟ ਵੀ ਪਸੰਦ ਆ ਗਏ, ਅਤੇ ਉਹ ਵੀ ਪਸੰਦ ਆ ਗਿਆ ਆਪਣਾ ਸੀਟ ਕਵਰ, ਆਪਾਂ ਕੰਬੀਨੇਸ਼ਨ ਜਿਹੜਾ ਬਣਾਇਆ ਜਦ ਲੱਗ ਜੂਗਾ ਫਿਰ ਤੁਹਾਨੂੰ ਦਿਖਾਉਂਦੇ ਹਾਂ। ਇਹ ਇਹਨਾਂ ਤੋਂ ਹੀ ਲਵਾ ਰਹੇ ਹਾਂ ਆਪਾਂ, ਇਹਨਾਂ ਦਾ ਰੇਟ ਸਾਨੂੰ ਸਹੀ ਲੱਗਿਆ, ਬਾਕੀ ਤੁਸੀਂ ਟਰਾਈ ਕਰ ਲਿਓ ਆਪਣਾ ਜੇ ਤੁਹਾਨੂੰ ਲਵਾਉਣੇ ਹੋਏ ਕੁਛ। ਉਹ ਇੱਕ ਅਲੋਏ ਵਾਲਾ ਏ, ਦੇਖ ਲੈਂਦੇ ਉਰੇ ਵੀ ਜਾ ਕੇ ਕਿਹੜੇ ਪਸੰਦ ਆਉਂਦੇ ਆ। ਖੇਤਰ ਚੱਲ ਰਿਹਾ ਕੰਮ ਥੋੜ੍ਹਾ ਜ਼ੋਰਾਂ ਸ਼ੋਰਾਂ 'ਤੇ, ਬਸ ਇਹ ਚੇਂਜ ਕਰਾਉਣੇ ਰਹਿ ਗਏ, ਬਾਕੀ ਤਾਂ ਸਭ ਠੀਕ ਹੈ। ਪੈਰੀਜ਼ਨ ਚੱਲ ਰਿਹਾ ਜੀ ਇਹਨਾਂ ਦਾ, ਇੱਕ ਕਰੋਮ ਨਾਲ ਇੱਕ ਵਿਦਆਊਟ ਕਰੋਮ। ਸੀਟ ਕਵਰ ਤਾਂ ਹੋ ਗਿਆ ਆਪਣੇ ਡਨ, ਅਤੇ ਆਪਾਂ ਜਿਹੜਾ ਮੈਟ ਪਸੰਦ ਕਰਿਆ ਏ ਉਹ ਆਹ ਕਰਿਆ ਏ, ਕਿਉਂਕਿ ਥੋੜ੍ਹਾ ਜਿਹਾ ਮਿਲਦਾ ਜੁਲਦਾ ਹੋਊਗਾ, ਜੇ ਨਾ ਵਧੀਆ ਲੱਗਿਆ ਬਾਅਦ 'ਚ ਚੇਂਜ ਕਰਾ ਲਵਾਂਗੇ। ਅਤੇ ਕਿਉਂਕਿ ਇਹ ਇਹਦੇ ਨਾਲ ਸਾਰੇ ਨਾਲ ਮਿਲ ਗਿਆ ਇਹ, ਅਤੇ ਇੱਕ ਆਪਾਂ ਲਵਾਇਆ ਇਹ, ਇਹ ਮਤਲਬ ਆਪਾਂ ਏਜੰਸੀ 'ਚੋਂ ਵੀ ਲਵਾ ਸਕਦੇ ਹਾਂ, ਵੈਸੇ ਉੱਥੋਂ ਮਹਿੰਗਾ ਪੈਂਦਾ, ਆਪਾਂ ਇੱਥੋਂ ਲਵਾ ਲਿਆ। ਇਹ ਇਹਨਾਂ ਨੇ 600 ਰੁਪਏ ਦਾ ਦਿਆ ਹੈ, ਅਤੇ ਬਾਕੀ ਲੁੱਕ ਐਵੇਂ ਦੀ ਆ ਰਹੀ ਹੈ, ਅਤੇ ਥੋੜ੍ਹਾ ਮੋਟਾ ਕੰਮ ਰਹਿ ਗਿਆ ਹੁਣ, ਬਾਕੀ ਉਹ ਡਨ ਹੋ ਜੂਗਾ। ਅਤੇ ਪਿੱਛੇ ਇਹਨਾਂ ਨੇ ਸਹੀ ਕਰਤਾ ਮਤਲਬ ਫਿਟਿੰਗ ਇਹਦੀ, ਮਤਲਬ ਇਹਦੀ ਆਪਣਾ ਸੀਟਾਂ ਦੀ ਕਵਰ ਦੀ, ਅਤੇ ਹਲੇ ਲਵਾਏ ਨਹੀਂ ਆਪਾਂ ਪਵਾਏ, ਉਹ ਆਪਾਂ ਥੋੜ੍ਹੇ ਟਾਈਮ ਤੱਕ ਦੇਖਦੇ ਹਾਂ ਜਿਹੜੇ ਪਸੰਦ ਆਉਂਦੇ ਹੈ। ਅਤੇ ਇੱਕ ਆਪਾਂ ਇਹ ਲਵਾਇਆ ਏ, ਜਦੋਂ ਆਪਾਂ ਮਤਲਬ ਅੰਦਰ ਵੜਦੇ ਹਾਂ ਤਾਂ 9 ਵੱਜਦੇ ਹਾਂ, ਤਾਂ ਉਹਦੇ 'ਚ ਰੇਟਾਂ ਪੈ ਜਾਂਦੀਆਂ ਕਾਫੀ ਮੇਰੇ ਉੱਤੇ, ਵੈਨਿਊ 'ਤੇ ਪਈਆਂ ਹੋਈਆਂ ਏ, ਤਾਂ ਕਰਕੇ ਆਪਾਂ ਇਹ ਵੀ ਲਵਾ ਲਿਆ, ਮਤਲਬ ਇੱਥੇ ਵੀ ਲਵਾ ਲਿਆ। ਵੈਸੇ ਪਿੱਛੇ ਵਾਲੀ ਬਹੁਤੀ ਖੋਲ੍ਹਦੇ ਤਾਂ ਹੁੰਦੇ ਨਹੀਂ, ਚੱਲ ਫਿਰ ਵੀ ਰੇਟਾਂ 'ਤੇ ਵੇਚਣੇ ਵਾਸਤੇ ਤਾਂ ਸਹੀ ਆ, ਲਵਾ ਲਿਆ ਆਪਾਂ ਇੱਕ। ਅਤੇ ਇਹਦਾ ਬੋਨਟ ਖੁੱਲ੍ਹਿਆ ਏ, ਤਾਂ ਕਰਕੇ ਇਹ ਵੱਜ ਰਹੀ ਹੈ, ਪਤਾ ਨਹੀਂ ਬਟਨ ਦੱਬ ਹੋਇਆ ਹੋਇਆ ਇਹ ਕਿਆ ਸੀਨ ਹੈ, ਦੇਖਾਂ ਬਟਨ ਦੱਬ ਕੇ।
ਬਟਨ ਹਾਂ ਬਟਨੇ ਦੱਬ ਹੋਇਆ ਤਾ ਹੁਣ ਠੀਕ ਹੋ ਗਿਆ ਅਤੇ ਬਾਕੀ ਸਾਰਾ ਕੁਛ ਡਨ ਹੈ। ਇਹ 'ਚ ਬਸ ਇਹ ਨਹੀਂ ਹੈ ਵਾਇਰਲੈਸ ਚਾਰਜਰ, ਉਹ ਤਾਂ ਇਹ ਤੋਂ ਉੱਚੇ ਵਾਲੇ ਮਾਡਲ 'ਚ ਆਉਂਦਾ ਹੈ। ਇਹ ਚੀਜ਼ ਤਾਂ ਸਭ ਤੋਂ ਜ਼ਰੂਰੀ ਸੀ ਕਿਉਂਕਿ ਆਪਾਂ ਚੜ੍ਹਦੇ ਜੁੜਦੇ ਹੁੰਦੇ ਹਾਂ ਉਰੇ ਪੈਰ ਰੱਖ ਕੇ ਚੜ੍ਹਦੇ ਹਾਂ ਕਿਉਂਕਿ ਆਪਾਂ ਨਾ ਉਹ ਨਹੀਂ ਲਵਾਏ ਹੋਏ ਜਿਹੜੇ ਫੁੱਟ ਰੈਸਟ ਜੇ ਹੁੰਦੇ ਹੈ, ਅਤੇ ਨਾ ਆਪਾਂ ਇੱਥੇ ਚਿੱਟੇ ਪਾਣੀ ਵਾਲਾ ਲਾਏ ਹਲੇ, ਉਹ ਹਲੇ ਦੇਖ ਲਵੇ ਜੇ ਤਾਂ ਹੁਣ ਲਵਾਏ ਆਪਾਂ ਵਧੀਆ ਵਾਲੇ ਪਵਾ ਲਏ ਮਤਲਬ ਬੜੇ ਪਵਾ ਲਏ ਤਾਂ ਲਵਾ ਲੂੰਗੇ, ਨਹੀਂ ਤਾਂ ਇਹਨਾਂ 'ਚ ਤਾਂ ਐਡੀ ਲੋੜ ਪੈਂਦੀ ਨਹੀਂ ਹੈ। ਬਾਕੀ ਅੱਗੇ ਮਾੜਾ ਮੋਟਾ ਕੰਮ ਚੱਲ ਰਿਹਾ, ਬਾਅਦ 'ਚ ਦਿਖਾਉਂਦੇ ਹਾਂ ਪੂਰਾ ਕੰਪਲੀਟ ਹੋਵੇ। ਤੋਂ ਟਾਈਮ ਬਹੁਤ ਇਹਨਾਂ ਨੇ ਵੇਸਟ ਕਰਤਾ, ਉੱਤੋਂ ਗਰਮੀ ਬਹੁਤ ਜ਼ਿਆਦਾ ਹੈ ਉਰੇ, ਮਤਲਬ ਉਰੇ ਦਾ ਕਿਆ ਮਤਲਬ ਵੀ ਅੰਦਰ ਨਾ ਏ ਸੀ 'ਚ ਨਹੀਂ ਚੱਲ ਰਿਹਾ ਇਹਨਾਂ ਦਾ, ਤਾਂ ਕਰਕੇ ਗਰਮੀ ਹੋਣ ਬਾਹਰ ਗੱਡੀ 'ਚ ਬੈਠਣਾ ਪੈ ਰਿਹਾ, ਜਾਂ ਇਹਨਾਂ ਕੁਰਸੀਆਂ ਲਾਈਆਂ ਹੋਈਆਂ ਏ ਸੀ, ਪਤਾ ਨਹੀਂ ਕਿਆ ਖਰਾਬ ਹੋ ਗਿਆ ਕਿਆ ਹੋ ਗਿਆ ਕਿਆ ਸੀ ਇਹਨੇ, ਅਤੇ ਟਾਈਮ ਬਹੁਤ ਜ਼ਿਆਦਾ ਹੋ ਗਿਆ। ਅਤੇ ਡੈਡੀ ਦਾ ਫੋਨ ਆਇਆ ਤਾ ਹੁਣੇ, ਡੈਡੀ ਨੇ ਪੁੱਛਿਆ ਕਿ ਹਾਂ ਬਈ ਕਿਆ ਕਿਆ ਕਰਾ ਲਿਆ, ਡੈਡੀ ਨੇ ਜਿਹੜੀ ਚੀਜ਼ ਕਹੀ ਵੀ ਉਹ ਕਰਾ ਲਈ ਉਹ ਕਰਾ ਲਈ, ਆਪਾਂ ਸਾਰਿਆਂ ਨੂੰ ਜਵਾਬ ਦੇ ਦਿੱਤੇ ਵੀ ਨਾ ਉਹ ਨਹੀਂ ਕਰਾਈ ਹੈ ਉਹ ਨਹੀਂ ਕਰਾਈ ਹੈ। ਡੈਡੀ ਗੁੱਸੇ ਜਿਹੇ ਮਾਚੋ ਕਹਿੰਦਾ ਚਲੋ ਠੀਕ ਹੈ ਜਿਹੜੇ ਕਰਾਉਣਾ ਕਰਾ ਲਓ, ਕਰਕੇ ਫੋਨ ਕੱਟ ਪਿਆ। ਹੁਣ ਘਰ ਜਾ ਕੇ ਪਤਾ ਲੱਗੂਗਾ ਵੀ ਸਾਰਾ ਕੁਛ ਗ੍ਰਾਹੀ ਕਰਦੇ ਹਾਂ। ਬਾਕੀ ਮੈਨੂੰ ਇੱਕ ਚੀਜ਼ ਦੀ ਸਮਝ ਨਹੀਂ ਆ ਰਹੀ, ਜਿਹੜਾ ਆਹ ਟਾਕੀ ਆ ਖੋਲ੍ਹਣੇ ਵਾਲਾ ਹੁੰਦਾ ਨਹੀਂ ਉਹ ਡੰਡਾ ਜਿਹਾ ਲੱਗਿਆ ਹੁੰਦਾ ਵੀ ਟਾਕੀ ਵੱਜੇ ਨਾ ਜਿਹਦੇ ਝਰੀਟਾਂ ਨਾ ਪਵੇ, ਉਹ ਲਵਾਵਾਂ ਜਾਂ ਨਾ ਲਵਾਵਾਂ ਹਲੇ ਤੱਕ ਤਾਂ ਲਵਾਇਆ ਨਹੀਂ ਹੈ, ਬਾਕੀ ਅੱਗੇ ਦੇਖਦੇ ਜੀ ਮਨ ਬਣ ਗਿਆ ਲਵਾ ਲੈਂਦੇ। ਕਾ ਚੀਜ਼ ਦਿਖਾਉਣੀ ਭੁੱਲ ਗਏ, ਅਤੇ ਇਹ ਆਪਾਂ ਜੈੱਡ ਬਲੈਕ ਡਿਸਾਈਡ ਕਰੇ ਹਾਂ ਕਿਉਂਕਿ ਇਹਦੇ ਨਾਲ ਆਪਣੀ ਗੱਡੀ ਸੋਹਣੀ ਲੱਗ ਰਹੀ ਹੈ, ਜੇ ਕਿਉਂਕਿ ਆਪਾਂ ਕਰੋਮ ਕਿਤੇ ਨਹੀਂ ਲਵਾਈ ਵੀ ਹੈ, ਵਧੀਆ ਨਹੀਂ ਲੱਗਦੀ ਉਹ ਸਾਨੂੰ, ਜੈੱਡ ਬਲੈਕ ਜੀ ਜ਼ਿਆਦਾ ਸੋਹਣੀ ਲੱਗਦੀ ਅਤੇ ਅੰਦਰੋਂ ਇਹ ਸੀਨ ਹੈ ਵਧੀਆ ਲੱਗਦੀ ਹੈ। ਅਤੇ ਬਸ ਹੁਣ ਚੱਲਦੇ ਹਾਂ, ਅਗਲੀ ਵਾਰੀ ਦੇਖੀ ਜੀ ਟਾਇਰਾਂ ਦੀ ਦੇਖੀ ਹੋਈ ਗੁਰੀ, ਟਾਇਰ ਦੇਖਣੇ ਅਸੀਂ ਆਪਾਂ ਜਾਣਾ ਬੱਤਰੇ ਵਾਲਿਆਂ ਕੋਲ, ਹੈ ਨਾ ਪਹਿਲਾਂ ਬੱਤਰੇ ਵਾਲੇ ਟਾਇਰਾਂ ਕੋਲ ਦੇਖਦੇ ਹਾਂ, ਫਿਰ ਪਾਰਸ ਭਾਜ ਆਉਂਗੇ ਅਤੇ ਦੇਖਦੇ ਹਾਂ, ਕਿਉਂਕਿ ਪਹਿਲਾਂ ਸਾਨੂੰ ਨਾ ਇੱਕ ਗੱਡੀ ਦਿਖ ਰਹੀ ਯਾਰ ਗੱਡੀ, ਉਹਦੇ 'ਚੋਂ ਟਾਇਰ ਸੋਹਣੇ ਪਏ ਵੇ, ਦੇਖਦੇ ਜੇ ਉਵੇਂ ਦੇ ਹੋਏ 20 ਇੰਚੀ ਪਾਉਣੇ ਹੋਏ 20 ਨਹੀਂ 22 ਤਾਂ ਫਿਰ 22, ਪਰ ਟਾਇਰ ਸਾਨੂੰ ਬਾਹਰ ਨਹੀਂ ਨਿਕਲਣੇ ਚਾਹੀਦੇ ਕਿ ਬਾਹਰ ਨਾ ਨਿਕਲਣਾ ਟਾਇਰ, ਗਰਮੀ ਬਹੁਤ ਹੋਈ ਵੀ ਇੱਕ ਤਾਂ। ਸੋਹਣੀ ਲੱਗ ਰਹੀ ਹੈ ਹੈ ਨਾ, ਮੈਟ ਵੀ ਸੋਹਣੇ ਲੱਗ ਰਹੇ ਹੈ, ਕਿੰਨੀਆਂ ਵਿਕਦੀਆਂ ਇਹ ਬਲੈਕ, ਹੈ ਨਾ ਇੱਕ ਉਹ ਖੜੀ ਹੈ, ਇੱਕ ਆਪਣੇ ਵਾਲੀ ਹੋ ਗਈ, ਇੱਕ ਉਹ ਖੜੀ ਹੈ, ਆਹ ਸਾਨੂੰ ਵਧੀਆ ਲੱਗੀ ਟਾਇਰਾਂ ਤੋਂ। ਬਸ ਹੁਣ ਦੇਖਦੇ ਹਾਂ ਅੱਗੇ ਪਹੁੰਚ ਕੇ ਕਿ ਕਿਹੜੇ ਪਸੰਦ ਆਉਂਦੇ ਆ ਟਾਇਰ। ਹੁਣ ਪਹੁੰਚ ਕੇ ਬੱਤਰਾ ਟਾਇਰ ਵਾਲਿਆਂ ਦੇ, ਹੁਣ ਅੰਦਰ ਜਾ ਕੇ ਕਿ ਕਿੱਦਾਂ ਦਾ ਪ੍ਰੋਗਰਾਮ ਹੈ ਕੀ ਰਹਿੰਦਾ ਹੈ। ਇਹ ਹਰੇ ਰੰਗ ਦੀ ਖੜੀ ਹੈ, ਇਹਦਾ ਨੰਬਰ ਵੀ 56 ਹੈ, ਅਤੇ ਉਹ ਆਪਣੇ ਵਾਲੀ ਖੜੀ ਹੈ। ਆਪਾਂ ਟਾਇਰ ਪਾ ਕੇ ਦੇਖਦੇ ਹਾਂ ਕਿਹੜੇ ਸਹੀ ਲੱਗਦੇ ਹਾਂ, ਚੱਕਤੀ ਇਹਨਾਂ ਨੇ ਤਾਂ ਗੱਡੀ ਉੱਪਰ, ਅਤੇ ਹੁਣ ਪਾਉਂਦੇ ਹਾਂ ਲੋਏ, ਦੇਖਦੇ ਹਾਂ ਕਿਹੜੇ ਵਧੀਆ ਲੱਗਦੇ ਹੈ। ਜੈੱਡ ਬਲੈਕ ਵੀ ਕਹਿੰਦਾ ਗੁਰੀ ਸੋਹਣੀ ਲੱਗੂਗੀ, ਵੀ ਸੋਹਣੇ ਲੋਏ ਪਾ ਲਏ, ਹੱਸ ਰਿਹਾ। ਇੱਧਰ ਦੇਖੋ ਪੂਰਾ ਭਰਿਆ ਪਿਆ ਟਾਇਰਾਂ ਦੀ ਟਾਇਰ, ਇਹਨਾਂ ਦਾ ਕੰਮ ਵਧੀਆ ਚੱਲੀ ਜਾਂਦਾ ਲਵਾਇਆਂ ਵਾਲਾ। ਤਾਂ ਆਪਾਂ ਇਹ ਟਰਾਈ ਕਰੇ ਹਾਂ ਅਤੇ ਇੱਕ ਇਹ, ਪਰ ਇਹਦੇ 'ਚ ਚੱਕਰ ਕਿਆ ਹੋ ਰਿਹਾ, ਇਹ ਨਾ ਮਾੜੇ ਮਾੜੇ ਬਾਹਰ ਆ ਰਹੇ, ਫਿਰ ਫਾਈਨਲ ਆਪਾਂ ਇਹ ਲਵਾਏ ਆ ਕਰਤਿਆ, ਕਿਉਂਕਿ ਉਹ ਵਾਲੇ ਨਾ ਥੋੜ੍ਹੇ ਜਿਹੇ ਬਾਹਰ ਨਿਕਲ ਰਹੇ, ਇਹਦੇ ਫੋਨ ਦੀ ਸਪੇਸ ਫੁੱਲ ਹੋ ਗਈ, ਇਹਦੀ ਵੀਡੀਓ ਨਹੀਂ ਬਣੀ ਹੈ ਅਤੇ ਇਹ ਬਾਹਰ ਨਹੀਂ ਨਿਕਲ ਰਹੇ ਹੈ।
ਤੇ ਕਿੱਧਰ ਲੱਗ ਰਿਹਾ ਵੀ ਹੋ ਗਈ ਆਪਣੀ ਡਨ, ਬਸ ਇੱਕ ਟਾਇਰ ਰਹਿ ਗਿਆ ਉਹ ਵੀ ਹੁਣ ਲਾ ਦੇਣਾ। ਇਹਦੇ ਨਾਲ ਗੁੱਡੀ ਨਾਲ ਨਾ ਉੱਚੀ ਵੀ ਸੋਹਣੀ ਹੋ ਗਈ। ਹੋ ਗਿਆ ਸਾਰਾ ਕੁਛ ਡਨ ਤੇ ਬਸ ਹੁਣ ਵੀਲ ਬੈਲੈਂਸਿੰਗ ਰਹਿ ਗਈ, ਉਹ ਵੀ ਕਰਾ ਲੈਣੇ। ਤੇ ਗੁਰਪ੍ਰੀਤ ਆ ਗਿਆ ਤਾ ਇਹਨਾਂ ਨੇ ਸਾਰਿਆਂ ਨੇ ਬੰਦ ਕਰਤਿਆ, ਬਸ ਹੁਣ ਆਖਰੀ ਗੱਡੀ ਆਪਣੀ ਖੜੀ ਆ ਰੇ। ਭਾਈਆਂ ਨੇ ਗੱਡੀ ਬਾਹਰ